दोस्तों तुसी देखिया होवेगा अजकल घट उम्र के लोगों के बाल सफेद हो रहे हैं अते बाल झड़न लगते हैं। इस दे नाल नाल चेहरे ते झुर्रियां आउन लगदियां हन जिस नाल 30 दी उम्र विच 50 दे लगन लगदे हन। सही पोषण ना मिलन दे कारण चेहरे ते ग्लो घट जांदा है, अखां ते काले घेरे बन जांदे हन अते अखां दी निगाह घट जांदी है। इस दे नाल नाल बहुत सारे लोग अपने वधे हुए वजन तो परेशान हन अते वजन नूं घट करन लई बहुत कुछ करदे हन फिर भी कोई फायदा नहीं मिलता। शरीर विच कैल्शियम दी कमी दे कारण जोड़ां विच दर्द, गोड्यां विच दर्द अते हड्डियां विच दर्द रहिंदा है। इस तों इलावा अजकल डायबिटीज दे मरीज बहुत ज्यादा वध रहे हन। अज असीं तुहानू इस वीडियो राहीं दसांगे इस एक बीज दे सेवन नाल तुसीं 90% बीमारियां ठीक कर सकदे हो। जिस चीज दी असीं गल कर रहे हां ओह है अलसी। दोस्तों अलसी विच बहुत ज्यादा फाइबर हुंदा है, इस विच ओमेगा 3 फैटी एसिड पाया जांदा है। इस तों इलावा अलसी दे बीज एंटी बैक्टीरियल, एंटी फंगल अते एंटी वायरल हुंदे हन। पर ए जानना जरूरी है कि अलसी दे बीजां नूं केड़ी बीमारी विच किस तरह लेना चाहिदा है अते इस नूं लैण दा सही तरीका की है। असीं तुहानूं इस वीडियो विच दसांगे कि अलसी दा सेवन किन्ना करना है, किस तरह करना है, इस दे की फायदे हन अते केड़े लोकां नूं अलसी नहीं खानी चाहीदी। दोस्तों ए सब जानन तों पहलां जे तुसीं साडा फेसबुक अते यूट्यूब चैनल सेहत पंजाब हैल्थ सबसक्राइब नहीं कीता तां कर लो। सब तो पहला जानते हाँ अलसी के सेवन नाल साडे शरीर नूं केड़े केड़े फायदे हुंदे हन। दोस्तों अलसी साडे मोटापे नूं घट करन विच बहुत ज्यादा मददगार है। इसका सेवन करन नाल भुख घट लगती है अते इस विच मौजूद फाइबर साडे मैटाबोलिज्म नूं वधाउंदा है जिस नाल कैलरी वर्न हुंदी है अते साडा वधिया होया पेट घट हो जाता है। इस दे नाल नाल सानू पेट दीयां बीमारियां अते कब्ज की समस्या नहीं हुंदी। अलसी विच मौजूद ओमेगा 3 फैटी एसिड बालां लई बहुत ज्यादा फायदेमंद हुंदा है। ਇਹ ਸਾਡੇ ਵਾਲਾਂ ਵਿੱਚ ਨਮੀ ਬਣਾ ਕੇ ਰੱਖਦਾ ਹੈ ਜਿਸ ਨਾਲ ਵਾਲ ਲੰਬੇ ਅਤੇ ਮਜ਼ਬੂਤ ਹੁੰਦੇ ਹਨ। ਅਲਸੀ ਸਾਡੀ ਵੱਧਦੀ ਉਮਰ ਦੇ ਅਸਰ ਨੂੰ ਘੱਟ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਚਿਹਰੇ ਤੇ ਪੈਣ ਵਾਲੀਆਂ ਝੁਰੜੀਆਂ ਅਤੇ ਲਕੀਰਾਂ ਘੱਟ ਹੁੰਦੀਆਂ ਹਨ ਅਤੇ ਚਿਹਰੇ ਤੇ ਕਿੱਲ ਮੁਹਾਸੇ ਦੂਰ ਕਰਕੇ ਚਮੜੀ ਵਿੱਚ ਨਮੀ ਬਣਾ ਕੇ ਰੱਖਦੀ ਹੈ ਅਤੇ ਚਮੜੀ ਦੇ ਢਿੱਲੇਪਣ ਨੂੰ ਘੱਟ ਕਰਦੀ ਹੈ। ਜਿਨ੍ਹਾਂ ਲੋਕਾਂ ਦੀ ਚਮੜੀ ਬਹੁਤ ਜ਼ਿਆਦਾ ਰੁੱਖੀ ਹੈ ਉਹ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਅਲਸੀ ਦਾ ਤੇਲ ਚਿਹਰੇ ਤੇ ਲਗਾਉਣ, ਇਸ ਨਾਲ ਰੁੱਖਾਪਣ ਦੂਰ ਹੋ ਜਾਂਦਾ ਹੈ। ਜੇ ਤੁਹਾਡੀ ਚਮੜੀ ਤੇ ਖੁਜਲੀ, ਲਾਲ ਦਾਣੇ ਅਤੇ ਖਾਰਿਸ਼ ਦੀ ਸਮੱਸਿਆ ਹੈ ਤਾਂ ਉਹ ਸਮੱਸਿਆਵਾਂ ਵੀ ਅਲਸੀ ਦੇ ਤੇਲ ਨਾਲ ਦੂਰ ਹੋ ਜਾਂਦੀਆਂ ਹਨ। ਦੋਸਤੋ ਅਲਸੀ ਸਾਡੀਆਂ ਅੱਖਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇਸ ਨਾਲ ਅੱਖਾਂ ਦੀ ਨਮੀ ਬਣੀ ਰਹਿੰਦੀ ਹੈ ਅਤੇ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਜੇ ਕਿਸੇ ਨੂੰ ਵੀ ਅੱਖਾਂ ਦੀ ਕੋਈ ਵੀ ਸਮੱਸਿਆ ਹੈ ਜਿਵੇਂ ਨਿਗਾਹ ਘੱਟ ਹੈ, ਅੱਖਾਂ 'ਚੋਂ ਪਾਣੀ ਆਉਂਦਾ ਹੈ, ਖਾਰਿਸ਼ ਹੁੰਦੀ ਹੈ ਤਾਂ ਉਹ ਲੋਕ ਅਲਸੀ ਅਤੇ ਸੌਂਫ ਬਰਾਬਰ ਮਾਤਰਾ ਵਿੱਚ ਲੈ ਕੇ ਭੁੰਨ ਲੈਣ ਅਤੇ ਪੀਸ ਕੇ ਚੂਰਨ ਬਣਾ ਲੈਣ ਅਤੇ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਇਸ ਚੂਰਨ ਦਾ ਲੈਣ। ਅਲਸੀ ਦਾ ਅਗਲਾ ਫਾਇਦਾ ਹੈ ਇਹ ਸਾਡੇ ਸਰੀਰ ਵਿੱਚ ਵਧੇ ਹੋਏ ਕੋਲੇਸਟ੍ਰੋਲ ਨੂੰ ਘੱਟ ਕਰਦੀ ਹੈ ਅਤੇ ਜਿਸ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਅਲਸੀ ਹਾਈ ਬਲੱਡ ਪ੍ਰੈਸ਼ਰ, ਹਾਈਪਰਟੈਂਸ਼ਨ ਅਤੇ ਸ਼ੂਗਰ ਦੇ ਲੋਕਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਦੋਸਤੋ ਜਿਨ੍ਹਾਂ ਨੂੰ ਬਦਲਦੇ ਮੌਸਮ ਸਮੇਂ ਸਰਦੀ ਜ਼ੁਕਾਮ ਦੀ ਸਮੱਸਿਆ ਹੁੰਦੀ ਹੈ ਉਹ ਲੋਕ ਅਲਸੀ ਦੇ ਬੀਜਾਂ ਦੇ ਪਾਊਡਰ ਦੀ ਚਾਹ ਬਣਾ ਕੇ ਪੀਣ। ਇਸ ਦੇ ਲਈ 1.5 ਚਮਚ ਅਲਸੀ ਦੇ ਪਾਊਡਰ ਨੂੰ 1 ਗਿਲਾਸ ਪਾਣੀ ਵਿੱਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਵਿੱਚ 1 ਚਮਚ ਸ਼ਹਿਦ ਅਤੇ ਅੱਧਾ ਨਿੰਬੂ ਮਿਲਾ ਕੇ ਚਾਹ ਦੀ ਤਰ੍ਹਾਂ ਪੀ ਲਓ। ਇਸ ਨਾਲ ਸਰਦੀ ਖਾਂਸੀ ਜ਼ੁਕਾਮ ਦੀ ਸਮੱਸਿਆ ਠੀਕ ਹੋ ਜਾਵੇਗੀ। ਦੋਸਤੋ ਜੇ ਤੁਹਾਨੂੰ ਗੋਡਿਆਂ ਵਿੱਚ ਦਰਦ, ਕਮਰ ਵਿੱਚ ਦਰਦ ਅਤੇ ਹੱਡੀਆਂ ਵਿੱਚ ਦਰਦ ਰਹਿੰਦਾ ਹੈ, ਚਾਹੇ ਇਹ ਦਰਦ ਕਿੰਨਾ ਵੀ ਪੁਰਾਣਾ ਹੈ, ਤਾਂ ਰੋਜ਼ਾਨਾ 1 ਚਮਚ ਅਲਸੀ ਦੇ ਬੀਜਾਂ ਦਾ ਸੇਵਨ ਜ਼ਰੂਰ ਕਰੋ। ਇਸ ਦੇ ਨਾਲ ਇਹ ਦਰਦ ਬਿਲਕੁਲ ਠੀਕ ਹੋ ਜਾਵੇਗਾ। ਇਸ ਦਾ ਤੁਸੀਂ ਮਸਾਜ ਆਇਲ ਵੀ ਬਣਾ ਸਕਦੇ ਹੋ। ਇਸ ਲਈ ਸਰੋਂ ਦੇ ਤੇਲ ਵਿੱਚ ਅਲਸੀ ਦਾ ਪਾਊਡਰ ਮਿਲਾ ਕੇ ਗਰਮ ਕਰ ਲਓ ਅਤੇ ਇਸ ਤੇਲ ਨਾਲ ਦਰਦ ਵਾਲੀ ਜਗ੍ਹਾ ਤੇ ਮਸਾਜ ਕਰੋ। ਦਰਦ ਤੁਰੰਤ ਠੀਕ ਹੋ ਜਾਵੇਗਾ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਲਸੀ ਦਾ ਸੇਵਨ ਕਰਨ ਦਾ ਸਹੀ ਤਰੀਕਾ ਕੀ ਹੈ। ਤੁਸੀਂ 3 ਤਰੀਕਿਆਂ ਨਾਲ ਅਲਸੀ ਦਾ ਸੇਵਨ ਕਰ ਸਕਦੇ ਹੋ। ਸਭ ਤੋਂ ਪਹਿਲਾ ਤਰੀਕਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ 2 ਚਮਚ ਅਲਸੀ ਦੇ ਪਾਊਡਰ ਨੂੰ 1 ਗਿਲਾਸ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਥੋੜਾ ਗੁਣਗੁਣਾ ਕਰਕੇ ਪੀ ਲਓ। ਦੂਜਾ ਤਰੀਕਾ ਹੈ ਰਾਤ ਨੂੰ 2 ਚਮਚ ਅਲਸੀ ਦੇ ਬੀਜਾਂ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ ਸਵੇਰੇ 1 ਕਟੋਰੀ ਦਹੀਂ ਵਿੱਚ ਅਲਸੀ ਦੇ ਬੀਜਾਂ ਨੂੰ ਮਿਲਾ ਕੇ ਲਓ। ਦਹੀਂ ਨੂੰ ਮਿੱਠਾ ਬਣਾਉਣ ਦੇ ਲਈ ਤੁਸੀਂ ਚਾਹੋ ਤਾਂ ਇਸ ਵਿੱਚ ਮਿਸ਼ਰੀ ਮਿਲਾ ਸਕਦੇ ਹੋ। ਜੇ ਤੁਹਾਨੂੰ ਨਮਕੀਨ ਦਹੀਂ ਖਾਣੀ ਪਸੰਦ ਹੈ ਤਾਂ ਇਸ ਵਿੱਚ ਕਾਲਾ ਨਮਕ ਜਾਂ ਫਿਰ ਸਹਿੰਦਾ ਨਮਕ ਮਿਲਾਉਣਾ ਹੈ। ਤੀਸਰਾ ਤਰੀਕਾ ਹੈ ਦੋਸਤੋ ਜਦੋਂ ਵੀ ਤੁਸੀਂ ਰੋਟੀ ਬਣਾਉਂਦੇ ਹੋ ਅਤੇ ਆਟੇ ਵਿੱਚ 1 ਚਮਚ ਅਲਸੀ ਦੇ ਬੀਜਾਂ ਦਾ ਪਾਊਡਰ ਮਿਲਾ ਲਓ ਅਤੇ ਇਸ ਆਟੇ ਦੀ ਬਣੀ ਹੋਈ ਰੋਟੀ ਖਾਓ। ਦੋਸਤੋ ਅਲਸੀ ਇੱਕ ਸੁਪਰ ਫੂਡ ਹੈ, ਇਸ ਨੂੰ ਤੁਸੀਂ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ।
हमेशा हेल्दी और जवान रहना चाहते हो तो अलसी का सेवन जरूर करो। दोस्तों ये अलसी के बीजों लैन का सही तरीका और इसके फायदे। उम्मीद है ये जानकारी तुहाडे लई फायदेमंद होगी। वीडियो देखने लई धन्यवाद।